ਲੁਧਿਆਣੇ 'ਚ ਅਸੀਂ ਨੂੰ ਬੇਕਰੀਜ਼ ਤੋਂ ਮੋਸਟਲੀ ਜਿਹੜੇ ਕਿ ਮੈਨੂਫੈਕਚਰ ਕਰ ਰਹੀਆਂ ਸੀ ਕੇਕ, ਉਹਨਾਂ ਤੋਂ ਸੈਂਪਲ ਲਿੱਤੇ, ਉਹਨਾਂ ਦੀ ਇੰਸਪੈਕਸ਼ਨਸ ਕੀਤੀਆਂ, ਅਤੇ ਉਹਨਾਂ 'ਚੋਂ 3 ਸੈਂਪਲ ਜਿਹੜੇ ਆ ਫੇਲ ਆਏ। ਅਤੇ ਉਸ ਤੋਂ ਬਾਅਦ ਜੇ ਉਹ ਫੇਲ ਆਉਂਦਾ ਤਾਂ ਉਹਦੀ ਰਿਪੋਰਟ ਨੂੰ ਫਾਈਨਲ ਸਮਝ ਕੇ ਉਹਦਾ ਕੇਸ ਐਡਜੂਡੀਕੇਟਿੰਗ ਕੋਰਟ ਜਾਂ CGM ਕੋਰਟ, ਜਿਸ ਤਰ੍ਹਾਂ ਦਾ ਫੇਲ ਹੈ, ਉਸ ਸਾਹਮਣੇ ਲਗਾ ਦਿੱਤਾ ਜਾਂਦਾ। ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਲਏ ਗਏ ਕੇਕ ਦੇ ਸੈਂਪਲ ਦੇ ਵਿੱਚ ਕੁਝ ਸੈਂਪਲ ਫੇਲ ਪਾਏ ਗਏ। ਵਿਭਾਗ ਵੱਲੋਂ ਪਟਿਆਲਾ 'ਚ ਕੇਕ ਖਾਣ ਦੇ ਬਾਅਦ ਤਬੀਅਤ ਵਿਗੜਨ 'ਤੇ 10 ਸਾਲਾ ਬੱਚੀ ਦੀ ਮੌਤ ਤੋਂ ਬਾਅਦ ਸੂਬੇ ਭਰ ਦੇ ਵਿੱਚ ਸੈਂਪਲ ਕਲੈਕਟ ਕੀਤੇ ਜਾ ਰਹੇ ਨੇ, ਜਿਸ ਵਿੱਚ ਲੁਧਿਆਣਾ ਤੋਂ ਵੀ ਵੱਖ ਵੱਖ ਬੇਕਰੀਆਂ ਅਤੇ ਦੁਕਾਨਾਂ ਤੋਂ 6 ਸੈਂਪਲ ਕਲੈਕਟ ਕੀਤੇ ਗਏ। ਇਹਨਾਂ ਸੈਂਪਲਾਂ ਵਿੱਚ 3 ਸੈਂਪਲ ਫੇਲ ਪਾਏ ਗਏ। ਇਹਨਾਂ 3 ਸੈਂਪਲ ਦੇ ਵਿੱਚ ਬੈਨਜ਼ੋਇਕ ਐਸਿਡ ਦੀ ਮਾਤਰਾ ਅਨੁਮਤੀ ਵਾਲੇ ਲੈਵਲ ਤੋਂ ਜ਼ਿਆਦਾ ਹੈ। ਇਸ ਐਸਿਡ ਦਾ ਇਸਤੇਮਾਲ ਪ੍ਰਿਜ਼ਰਵੇਸ਼ਨ ਲਈ ਕੀਤਾ ਜਾਂਦਾ ਹੈ। ਸੋ ਇਹਨਾਂ 3 ਸੈਂਪਲਸ ਲਈ ਉਤਪਾਦਕ ਨੂੰ ਨੋਟਿਸ ਜਾਰੀ ਕੀਤਾ ਜਾਏਗਾ। ਨੋਟਿਸ ਤੋਂ ਬਾਅਦ ਉਤਪਾਦਕ ਰੀਵੈਲੂਏਸ਼ਨ ਦੇ ਲਈ ਐਪਲੀਕੇਸ਼ਨ ਦੇ ਸਕਦੇ ਨੇ। ਜੇਕਰ ਰੀਵੈਲੂਏਸ਼ਨ ਨਹੀਂ ਕਰਵਾਉਣਾ ਚਾਹੁੰਦੇ ਤਾਂ ਐਡਜੂਡੀਕੇਟਿੰਗ ਅਫਸਰ ਦੇ ਕੋਲ ਜਾ ਕੇ ਪੇਸ਼ ਹੋਣਾ ਹੋਏਗਾ। ਨਿਯਮਾਂ ਤੋਂ ਵੱਧ ਜ਼ਿਆਦਾ ਦੀ ਮਾਤਰਾ ਹੋਣ 'ਤੇ ਇਹਨਾਂ ਨੂੰ ਫਾਈਨ ਵੀ ਲਗਾਇਆ ਜਾ ਸਕਦਾ ਹੈ। ਮੈਡਮ, ਪਿਛਲੇ ਦਿਨ ਕੇਕ ਦੇ ਸੈਂਪਲ ਲਿੱਤੇ ਗਏ ਸੀ, ਕੁਝ ਸੈਂਪਲ ਜਿਹੜੇ ਨੇ ਹੁਣ ਫੇਲ ਆਏ ਨੇ, ਕੀ ਦੱਸੋਗੇ ਤੁਸੀਂ ਜਾਣਕਾਰੀ? ਹਾਂਜੀ, ਪਿਛਲੇ ਦਿਨੀ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ, ਪਟਿਆਲੇ ਦਾ ਇੱਕ ਕੇਸ ਬਹੁਤ ਹੀ ਹਾਈਲਾਈਟ ਹੋਇਆ ਹੈ। ਉਸ ਤੋਂ ਬਾਅਦ ਅਸੀਂ ਥੋੜ੍ਹੀ ਜਿਹੀ ਕੇਕ ਦੀ ਸੈਂਪਲਿੰਗ ਵਧਾਈ। ਲੁਧਿਆਣੇ 'ਚ ਅਸੀਂ ਨੂੰ ਬੇਕਰੀਜ਼ ਤੋਂ ਮੋਸਟਲੀ ਜਿਹੜੇ ਕਿ ਮੈਨੂਫੈਕਚਰ ਕਰ ਰਹੀਆਂ ਸੀ ਕੇਕ, ਉਹਨਾਂ ਤੋਂ ਸੈਂਪਲ ਲਿੱਤੇ, ਉਹਨਾਂ ਦੀ ਇੰਸਪੈਕਸ਼ਨਸ ਕੀਤੀਆਂ, ਅਤੇ ਉਹਨਾਂ 'ਚੋਂ 3 ਸੈਂਪਲ ਜਿਹੜੇ ਆ ਫੇਲ ਆਏ ਨੇ। ਜਿਵੇਂ ਕਿ ਮੌਸਮ ਬਦਲ ਰਿਹਾ ਅਤੇ ਤੁਹਾਨੂੰ ਜਾਣਦੇ ਹੋ ਕਿ ਨਵਰਾਤਰੇ ਨਿਕਲੇ ਨੇ, ਅਸੀਂ ਨਵਰਾਤਰੇ ਦੇ ਜਿਹੜਾ ਸਮਾਨ ਯੂਜ਼ ਹੁੰਦਾ ਉਹਦੇ ਵੀ ਅਸੀਂ ਸੈਂਪਲ ਲਿੱਤੇ ਪਿਛਲੇ ਦਿਨਾਂ 'ਚ, ਅਤੇ ਉਹਨਾਂ 'ਚੋਂ ਵੀ ਆਟੇ ਦੇ 2 ਸੈਂਪਲ ਜਿਹੜੇ ਮਿਸਬ੍ਰੈਂਡਡ ਆਏ ਨੇ। ਅਤੇ ਇਸ ਤੋਂ ਇਲਾਵਾ ਅਸੀਂ ਚੋਕਲੇਟ ਦੀ ਵੀ ਇੱਕ ਮੈਨੂਫੈਕਚਰਿੰਗ ਫੈਕਟਰੀ ਚੈੱਕ ਕੀਤੀ ਹੈ। ਕੋਈ ਵੀ ਸੈਂਪਲ ਜਦੋਂ ਫੇਲ ਆਉਂਦਾ, ਫੂਡ ਸੇਫਟੀ ਸਟੈਂਡਰਡ ਐਕਟ 2006 ਦੇ ਅਨੁਸਾਰ ਪਹਿਲੇ ਅਸੀਂ ਨੋਟਿਸ ਕੱਢਦੇ ਹਾਂ, ਇੱਕ ਮੌਕਾ ਦਿੰਦੇ ਹਾਂ ਕੇਕ ਬਣਾਉਣ ਵਾਲੇ ਨੂੰ ਜਾਂ ਜਿਹੜੀ ਵੀ ਚੀਜ਼ ਆ ਰਹੀ ਹੈ ਉਹਦੇ ਮੈਨੂਫੈਕਚਰਰ ਨੂੰ ਜਾਂ ਵੇਚਣ ਵਾਲੇ ਨੂੰ, ਉਹ ਉਹਨੂੰ ਰੀਚੈੱਕ ਕਰਾ ਸਕਦਾ ਹੈ ਸਾਡੀ ਰੈਫਰ ਲੈਬ ਤੋਂ, ਗਾਜ਼ੀਆਬਾਦ ਤੋਂ। ਅਤੇ ਉਸ ਤੋਂ ਬਾਅਦ ਜੇ ਉਹ ਫੇਲ ਆਉਂਦਾ ਤਾਂ ਉਹਦੀ ਰਿਪੋਰਟ ਨੂੰ ਫਾਈਨਲ ਸਮਝ ਕੇ ਉਹਦਾ ਕੇਸ ਐਡਜੂਡੀਕੇਟਿੰਗ ਕੋਰਟ ਜਾਂ CGM ਕੋਰਟ, ਜਿਸ ਤਰ੍ਹਾਂ ਦਾ ਫੇਲ ਹੈ, ਉਸ ਸਾਹਮਣੇ ਲਗਾ ਦਿੱਤਾ ਜਾਂਦਾ।